ਪਹਿਲਾਂ ਆਪਾਂ ਪਾਵਾਂਗੇ ਸ਼ਿਮਲਾ ਮਿਰਚ, ਠੀਕ ਹੈ ਜੀ। ਉਹ ਦੋ ਬਣ ਗਏ, ਗੰਡੇ ਗੰਡੇ ਪੈ ਗਏ ਜੀ, ਠੀਕ ਹੈ ਜੀ। ਐਵੇਂ ਹੁਣ ਇਹ ਚਾਹਵਾਂਗੇ ਆਲੂ ਜੀ। ਇਹ ਆ ਗਏ ਚਿੱਟੇ ਛੋਲੇ, ਕਿਉਂ ਪ੍ਰੀਤ ਪੈਂਦੇ ਨਾ ਪੜਾ ਕੇ। ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਜਿੱਦਾਂ ਉੱਠਦੇ ਹਾਂ ਜੀ, ਉੱਠ ਕੇ ਆਪਦਾ ਕਾਰਜ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਸੇਵਾ ਲਈ ਹੈ ਉਹ ਕਰਨ। ਹਾਂ ਆ ਗਿਆ, ਇੱਕ ਬਾਈਟ ਵੱਢ ਕੇ ਉਦੋਂ ਬਾਅਦ ਤਾਂ ਨਹੀਂ ਬੋਲ ਸਕਦਾ। ਸੱਜਣੋ ਅੱਜ ਅਸੀਂ ਨਾ ਐਡ ਕਰਨ ਨਹੀਂ ਆਏ, ਅਸੀਂ ਅੱਜ ਐਡ ਦੇਖ ਕੇ ਕੁਲਚਾ ਖਾਣ ਆਏ ਹਾਂ। ਸਿੰਘ ਕੁਲਚਾ ਬਣਾਉਂਦਾ ਹੈ ਬਠਿੰਡੇ ਦੇ ਵਿੱਚ, 100 ਫੁੱਟੀ ਰੋਡ ਦੇ ਉੱਤੇ ਕੁਲਚਾ ਏ। ਆਹ 100 ਫੁੱਟੀ ਰੋਡ ਆ, ਤੁਰੇ ਜਾਂਦੇ ਹਾਂ ਕਿਉਂਕਿ ਗੱਡੀ ਅਸੀਂ ਦੂਰ ਲਾ ਕੇ ਆਏ ਹਾਂ। ਅਤੇ ਕੁਲਚਾ ਬਣਾਉਂਦਾ ਪਾਣੀ ਵਾਲਾ ਕੁਲਚਾ, ਪਾਣੀ ਨਾਲ ਕੁਲਚੇ ਬਣਦੇ ਆ। ਮਤਲਬ ਅਸੀਂ ਸੱਚੀ ਗੱਲ ਤੁਸੀਂ ਪੁੱਛੋ ਤਾਂ ਅਸੀਂ ਵੇਖਣ ਆਏ ਹਾਂ ਦੋਨੇ ਜਾਣੇ। ਅੱਜ ਅਸੀਂ ਬਠਿੰਡੇ ਐਡ ਕਰਨ ਆਏ ਸੀ, ਅਤੇ ਇਹ ਐਡ ਸੱਚੀ ਪੈਸੇ ਲੈ ਕੇ ਨਹੀਂ ਕਰ ਰਿਹਾ। ਮਤਲਬ ਉੱਦਾਂ ਆਪਾਂ ਕਰਦੇ ਹਾਂ ਐਡਵਰਟਾਈਜ਼ਮੈਂਟ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਪਰ ਇਹ ਐਡਵਰਟਾਈਜ਼ਮੈਂਟ ਸਿਰਫ ਵੇਖ ਕੇ ਆਏ ਹਾਂ। ਉਹ ਦੇਖੋ ਸਾਹਮਣੇ, ਉਹ ਦੇਖੋ ਸਿੰਘ ਕੁਲਚਾ। ਸੱਚੀ ਮਤਲਬ ਮੈਂ ਇਕੱਲਾ ਨਹੀਂ ਦਵਾਨਾ, ਇਹ ਬੰਦੇ ਦੀ ਦੁਨੀਆ ਦਵਾਨੀ ਆ। ਮੈਂ ਸੱਚੀ ਪੈਸੇ ਲੈ ਕੇ ਐਡ ਕਰਦਾ, ਪਰ ਇਹ ਬੰਦੇ ਤੋਂ ਖਾਣ ਆਇਆ ਪੈਸੇ ਦੇ ਕੇ। ਪ੍ਰਭਾਵਿਤ ਹੀ ਇੰਨਾ ਹੋ ਗਿਆ ਵੀਡੀਓ ਦੇਖ ਕੇ ਕਿ ਮੈਂ ਪ੍ਰੀਤ ਨੂੰ ਕਿਹਾ ਕਿ ਪ੍ਰੀਤ ਖਾ ਕੇ ਆਵਾਂਗੇ, ਦੇਖ ਕੇ ਆਵਾਂਗੇ, ਵੀਡੀਓ ਵੀ ਬਣਾ ਕੇ ਆਵਾਂਗੇ ਸਪੈਸ਼ਲੀ। ਬਾਈ ਨਹੀਂ, ਆਮ ਤੌਰ 'ਤੇ ਲੋਕ ਸਾਦੇ ਆ, ਪੈਸੇ ਦੇ ਗਿਆ ਨਾ ਵੀ ਪ੍ਰੋਮੋਸ਼ਨ ਕਰਨ ਵਾਸਤੇ। ਮੈਨੂੰ ਪਤਾ ਲੱਗਿਆ ਅੰਦਰ ਕੋਈ ਅੱਧੇ ਘੰਟੇ ਤੋਂ ਬੈਠਾ ਡਿੱਕੀ ਜਾਂਦਾ। ਇੰਨੇ ਫੈਨ ਆ ਯਾਰ ਬਾਈ ਤੇਰੇ ਯਾਰ, ਪ੍ਰੇਮ ਪਾਣੀ ਵਾਲਾ ਕੁਲਚਾ ਬਣਾਉਂਦਾ। ਇਸ ਤੋਂ ਆਰਡਰ ਦੇ ਦਿਓ ਫਿਰ, ਉਦੋਂ ਬਾਅਦ ਸਾਨੂੰ ਪਾਣੀ ਵਾਲਾ ਕੁਲਚਾ ਬਣਾ। ਵਾਹਿਗੁਰੂ ਜੀ, ਉਹੀ ਬਣਾਉਂਗਾ ਜੀ। ਪਾਣੀ ਵਾਲਾ ਕੁਲਚਾ ਬਣਾਉਂਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਬਣਦਾ। ਪਿੰਡਾਂ ਦੇ ਵਿੱਚ ਜੋਬ ਕਰਦੇ ਰਹੇ ਬਾਈ? ਜੋਬ ਕੀਤੇ ਮੈਂ ਜੀ, ਏਸੀ ਇੰਸਟਾਲ ਕਰਦਾ ਸੀਗਾ, ਫਿਰ ਏਸੀ ਸਰਵਿਸ ਇੰਜੀਨੀਅਰ ਰਿਹਾ ਜੀ। ਆਹ ਬੰਦ ਕਰਿਓ ਮਾੜਾ ਜਿਹਾ ਕਾਪੀਰਾਈਟ ਨਾਲ। ਅੱਛਾ, ਅਤੇ ਨਹੀਂ ਜੋਬ ਕੀਤੀ ਇਹਦਾ ਮਤਲਬ ਫਿਰ ਪੜ੍ਹੇ ਕਿੰਨਾ? ਬੀਟੈਕ, ਬੀਟੈਕ ਇਲੈਕਟ੍ਰੋਨਿਕਸ। ਬੀਟੌਕ ਕੀਤੀ, ਅਤੇ ਪਹਿਲਾਂ ਬਾਈ ਪਹਿਲਾਂ ਕਿੱਥੇ ਬਣਾਉਂਦੇ ਸੀ ਆ ਪਾਣੀ ਵਾਲਾ ਕੁਲਚਾ? ਪਹਿਲਾਂ ਕੁਲਚਾ ਕਿਤੇ ਨਹੀਂ ਬਣਾਉਂਦੇ ਸੀ, ਪਹਿਲਾਂ ਤਾਂ ਬਸ ਗੁਰੂ ਘਰ ਸੇਵਾ ਕਰਦੇ ਸੀਗੇ। ਗੁਰੂ ਘਰ ਸੇਵਾ ਕਰਦੇ ਆਪਣੀ ਰਿਹਾਇਸ਼ ਕਿਲਾ ਸਾਹਿਬ ਕੋਲ ਹੈ ਜੀ, ਉੱਥੇ ਬਸ ਇੱਦਾਂ ਹੀ ਜਿੱਦਾਂ ਗੁਰੂ ਘਰ ਜਾਣਾ ਕੁਛ ਨਾ ਕੁਛ ਬਣਾਉਂਦੇ ਰਹਿਣਾ ਜੀ। ਕੁਲਚਿਆਂ ਦਾ ਕਾਰਜ ਤਾਂ ਸ਼ੁਰੂ ਕੀਤਾ ਸੀ ਵੀ ਹੁਣ ਜਿੱਥੇ ਵੀ ਜਾਂਦੇ ਸੀਗੇ ਕੁਲਚੇ ਤਾਂ ਆਪਾਂ ਬਚਪਨ ਦੇ ਹੀ ਖਾਂਦੇ ਹਾਂ ਜੀ। ਸਾਰਿਆਂ ਨਾਲ ਵੱਡੀ ਘਾਟ ਕੀ ਹੁੰਦੀ ਜਿੱਥੇ ਆਪਾਂ ਛਕਦੇ ਸੀਗੇ ਜੀ? ਤਕਰੀਬਨ ਤੰਬਾਕੂ ਦੇ ਜਰਦੇ ਵਾਲੇ ਜੀ 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 ਵਰਤੋਂ ਜ਼ਿਆਦਾ ਹੁੰਦੀ ਸੀਗੀ ਜੀ। ਹੁਣ ਆਮ ਬੰਦਾ ਰਾ ਛਕ ਲੈਂਦਾ ਜੀ, ਪਰ ਸਭ ਮਹਾਰਾਜ ਤੇਰਾ ਘੋੜੇ ਨਹੀਂ ਲੰਘੇ ਜੀ, ਅਤੇ ਆਪਣੇ ਛਕਣਾ ਤਾਂ ਫਿਰ ਹੁਣ ਸਿੰਘ ਕਈ ਖਾਈ ਜਾਂਦੇ ਨਹੀਂ ਖਾਣਾ ਚਾਹੀਦਾ ਜੀ। ਉਹ ਜੀ ਮਨ ਨੂੰ ਬਹੁਤ ਖੈਂਦੀ ਸੀਗੀ ਜੀ। ਫਿਰ ਜੋਬ ਦੇ ਵਿੱਚ ਕੀ ਸੀ, ਜੋਬ ਮੇਰੀ ਬਹੁਤ ਸੋਹਣੀ ਸੀਗੀ, ਮੈਨੂੰ 35-40 ਹਜ਼ਾਰ ਰੁਪਏ ਬੜਾ ਵਧੀਆ ਬਣਦਾ ਸੀਗਾ, ਅੱਜ ਤੋਂ 4 ਸਾਲ ਪਹਿਲਾਂ। ਹੁਣ ਤਾਂ ਇੰਕਰੀਮੈਂਟ ਹੋ ਗਈ, ਹੋਰ ਵੱਧ ਜਾਂਦੀ ਜੀ, ਬਟ ਇਸ਼ੂ ਕੀ ਹੋ ਗਿਆ, ਉਹਦੇ ਵਿੱਚ ਫਰੇਬ ਬਹੁਤ ਜ਼ਿਆਦਾ ਸੀਗਾ। ਜਿਵੇਂ ਮੈਂ ਰੋਟੀ ਖਾਣ ਜਾਣਾ, ਮੇਰੇ ਕੋਲ ਮੰਨ ਲਓ 100 ਕਿਲੋਮੀਟਰ ਦਾ ਏਰੀਆ ਸੀਗਾ, ਘਰ ਰੋਟੀ ਲੈ ਜਾਣਾ ਜੀ, ਉੱਥੇ ਜਾ ਕੇ ਬਿੱਲ ਪਾ ਦੇਣਾ ਜੀ, ਢਾਬੇ 'ਤੇ ਰੋਟੀ ਖਾ ਲਈ ਜੀ। ਜਿਵੇਂ ਕਿਤੇ ਆਊਟ ਗਏ ਹਾਂ, 150 ਕਿਲੋਮੀਟਰ ਚਲੇ ਗਏ, ਆਪਾਂ ਤਾਂ ਆਥਣੇ ਮੁੜੇ ਆਉਂਦੇ ਸੀਗੇ ਜੀ। ਪਰ ਉਹਦੇ ਵਿੱਚ ਫਿਰ ਉਹੀ ਗੱਲ ਆ ਜਾਂਦੀ ਵੀ ਅੱਜ ਵੀ ਆਪਾਂ ਇੱਥੇ ਰੁਕੇ ਰਹਿਣਾ ਗੁਰੂ ਘਰੇ, ਬਿੱਲ ਹੋਟਲ ਦੇ ਪਾ ਦੇਣੇ, ਮਤਲਬ ਝੂਠ ਥੋੜ੍ਹਾ ਜਿਹਾ ਵੀ ਉਹ ਚੀਜ਼ ਤੋਂ ਵੀ ਪੂਰਾ ਹੀ ਝੂਠ ਸੀਗਾ ਵੀਰ ਜੀ। ਫਿਰ ਇੱਕ ਵਾਰੀ ਕੀ ਹੋਇਆ, ਮੇਰੇ ਕਿਸੇ ਮਿੱਤਰ ਦਾ ਘਰੇ ਏਸੀ ਖਰਾਬ ਹੋ ਗਿਆ ਜੀ, ਉਹਦੀ ਵਾਈਫ ਜਿਹੜੇ ਸੀਗੇ, ਜਦੋਂ ਮਤਲਬ ਮੈਨੂੰ ਜਮਾਂ ਹੀ ਇੱਦਾਂ ਹੋ ਗਿਆ ਵੀ ਹੁਣ ਆਪਾਂ ਇਹ ਕੰਮ ਨਹੀਂ ਕਰਨਾ, ਉਹਦੇ ਵਾਰੀ ਪ੍ਰੈਗਨੈਂਟ ਸੀਗੇ, ਅਤੇ ਉਹਨਾਂ ਦਾ ਏਸੀ ਖਰਾਬ ਹੋ ਗਿਆ, ਅਤੇ ਉਹਦੇ 'ਚ ਹੋਇਆ ਕਿ ਚੂਹਾ ਵੜ ਗਿਆ ਸੀਗਾ ਜੀ, ਚੂਹੇ ਨੇ ਕੋਈ ਤਾਰ ਟੁੱਕਦੀ, ਅਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਯਾਰ ਆਪਾਂ ਇੱਦਾਂ ਕਰੀਏ ਵੀ ਮਜਬੂਰੀ ਜਿਹੜੇ ਬੰਦੇ ਜੀ, ਆਪਾਂ ਥੋੜ੍ਹਾ ਜਲਦੀ ਹੱਲ ਕਰ ਦਈਏ ਜੀ। ਉਹ ਕਹਿੰਦਾ ਯਾਰ ਫਿਰ ਆਪਾਂ ਨੂੰ ਪੈਸੇ ਨਹੀਂ ਮਿਲਣੇ, ਨਿਊਟਰੀ ਰਹਿ ਗਿਆ ਉਹ ਅੰਦਰ ਜੀ, ਮਾਇਆ ਨਹੀਂ ਮਿਲਣੀ, ਕਹਿੰਦਾ ਵੀ ਔਖਾ ਹੋ ਜੂਗਾ ਕੰਮ।
ਮੈਂ ਕਿਹਾ ਚੱਲ ਆਪਾਂ ਸ਼ਾਮ ਨੂੰ ਲਾ ਦਿੰਦੇ ਹਾਂ। ਅਸੀਂ ਪੀਸੀਬੀ ਪੱਟ ਲਏ ਉਹਦੀ, ਪੀਸੀਬੀ ਨਾ ਅੰਦਰ ਮਾਈਕਰੋ ਕੰਪੋਨੈਂਟ ਹੁੰਦਾ ਜਿਹੜਾ ਉਹਨੂੰ ਰੋਟੇਟ ਕਰਦਾ, ਦਿਮਾਗ ਹੁੰਦਾ ਏਸੀ ਦਾ। ਪੱਟ ਲਿਆ ਜੀ, ਉਹ 'ਚ ਹੋਇਆ ਕੁਛ ਨਹੀਂ, ਤਾਰ ਸੀਗੀ ਜੋੜ ਨਹੀਂ ਸੀਗੀ, ਤਾਰ ਜੋੜਦੀ ਉਹ ਚੱਲ ਗਈ। ਮੈਂ ਕਿਹਾ ਲਾਈਏ, ਕਹਿੰਦਾ ਦੋ ਦਿਨ ਬਾਅਦ ਲਾਵਾਂਗੇ। ਮੈਂ ਕਿਹਾ ਯਾਰ ਅਗਲਾ ਵਿਪਤਾ 'ਚ ਹੈ ਵੀ ਨੀਡ ਹੈ ਨਾ, ਕਹਿੰਦਾ ਫਿਰ ਮਾਇਆ ਨਹੀਂ ਬਣਨੀ। ਹੁਣ ਤਾਰ ਜੋੜੀ ਤਾਂ ਅਸੀਂ ਕਿੰਨੇ ਪੈਸੇ ਮੰਗੇ ਹੋਣਗੇ ਜੀ? ਤਾਰ ਜੋੜੀ ਅਸੀਂ ਮੰਗਿਆ 3500 ਰੁਪਇਆ। ਹੁਣ ਐ ਹੁਣ ਕਈ ਜਣੇ ਕਹਿਣਗੇ ਵੀ ਕੰਮ ਨੂੰ ਬਦਨਾਮ ਕਰਦਾ ਹੈ ਨਾ, ਸਾਰੇ ਬੰਦੇ ਨੀ ਇੱਕੋ ਜਿਹੇ ਆਉਂਦੇ। ਜਿਵੇਂ ਮੈਨੂੰ ਮਾਰੇ ਨੇ ਇਸ ਰਾਹ 'ਚ ਪਾਉਣਾ ਸੀ, ਕੋਈ ਜ਼ਰੀਆ ਬਣਨਾ ਸੀ ਹੈ ਨਾ, ਹੁਣ ਇਹ ਕਾਰਜ ਕੀਤਾ ਮੇਰਾ ਮਨ ਟੁੱਟ ਗਿਆ। ਮੈਂ ਕਿਹਾ ਵੀ ਇਹ ਤਾਂ ਫਿਰ ਆਪਾਂ ਨੂੰ ਵੀ ਕਰਨਾ ਪਊਗਾ, ਜੇ ਮੈਂ ਇਕੱਲਾ ਅੱਡ ਚੱਲੂੰਗਾ ਸਾਰੇ ਕਹਿਣਗੇ ਵੀ ਵੱਖਰਾ ਚੱਲਦਾ ਸਾਡੇ ਨਾਲੋਂ। ਅਤੇ ਅੱਛਾ ਸਮਾਜ ਵੀ ਇਹੋ ਜਿਹਾ, ਜਿਵੇਂ ਮੈਂ ਕਿਸੇ ਦੇ ਘਰੇ ਗਿਆ ਉਹਦਾ ਇਹੀ ਸਰਵਿਸ ਹੋਣ ਵਾਲਾ ਸੀਗਾ, ਉਹਦੇ 'ਚ ਕੁਛ ਨਹੀਂ, ਉਹਦੀ ਕੋਇਲ ਚੌਕ ਹੋ ਗਈ ਸੀ। ਮੈਂ ਕਿਹਾ ਲਾ ਕੇ ਸਰਵਿਸ ਹੋਊਗਾ, ਉਹ ਕਹਿੰਦਾ ਯਾਰ ਤੈਨੂੰ ਕਰਨਾ ਨਹੀਂ ਆਉਂਦਾ, ਇਹ 'ਚ ਤਾਂ ਗੈਸ ਪੈਣੀ ਹੈ। ਉਸੀ ਘਰ 'ਚ ਮੇਰੇ ਨਾਲ ਦਾ ਬੰਦਾ ਗਿਆ, ਉਹਨੇ ਜਲ ਹੀ ਗੈਸ ਪਾ ਦਿੱਤੀ, ਉਹਨੂੰ 2500 ਰੁਪਏ ਦਿੱਤਾ, ਕੰਮ 500 ਰੁਪਇਆ ਸੀਗਾ। ਵੀ ਕੁਛ ਲੋਕ ਵੀ ਉੱਧਰ ਚਾਹੁੰਦੇ ਨੇ ਟ੍ਰੀਟ, ਹਾਂ ਵੀ ਸੱਚ ਜਿਵੇਂ ਹਾਜ਼ਮੇ 'ਚ ਨਹੀਂ ਆਉਂਦਾ ਨਾ, ਉਹ ਵਾਲਾ ਕਾਰਨ ਸੀਗਾ। ਫਿਰ ਮੈਂ ਕਿਹਾ ਵੀ ਆਪਾਂ ਨਹੀਂ ਕਰਨਾ। ਪਿਤਾ ਜੀ ਕਹਿੰਦੇ ਵੀ ਐਡੀ ਵਿਦਿਆ ਲਈ ਇੰਨਾ ਕੁਛ ਕੀਤਾ ਸੀ ਯਾਰ, ਹੁਣ ਤੂੰ ਕੀ ਕਰੇਗਾ ਕੀ ਕਰੇਗਾ, ਆਪਾਂ ਬਸ ਗੁਰੂ ਘਰ ਜਾ ਕੇ ਸੇਵਾ ਕਰਨ ਲੱਗ ਜਾਣੀ, ਆਪਦਾ ਕਾਰਜ ਕਰੀ ਜਾਣਾ। ਉੱਥੇ ਕਿਲ੍ਹਾ ਸਾਹਿਬ ਕੋਲ ਦੁਕਾਨ ਹੈ ਪਿਤਾ ਜੀ ਦੀ ਸਾਊਂਡ ਦੀ, ਉੱਥੇ ਜਦੋਂ ਅਸੀਂ ਗਏ ਤੇ ਸਾਡੇ ਸਾਹਮਣੇ ਪਲਾਟ ਸੀਗਾ ਜੀ, ਉਹ ਬੰਦੇ ਗਏ ਹੋਏ ਸੀ ਕੈਨੇਡਾ ਵੀ, ਜਿਵੇਂ ਮਹਾਰਾਜ ਵਿਧ ਬਣਾਉਂਦੇ ਆ ਹੈ ਨਾ ਕਾਰਜ 'ਚ ਲੈ ਕੇ ਆਉਣ ਦੀ। ਉਹ ਪਲਾਟ ਵਾਲੇ ਬੰਦੇ ਸਾਨੂੰ ਕਹਿੰਦੇ ਵੀ ਪਲਾਟ 'ਤੇ ਲੱਗਦਾ ਟਰਾਂਸਫਾਰਮ, ਵੀ ਤੁਸੀਂ ਟਰਾਂਸਫਾਰਮ ਲੱਗਣ ਦਿਓ, ਕੋਈ ਤਰੀਕਾ ਇੱਦਾਂ ਦਾ ਕਰੋ ਵੀ ਜੇ ਟਰਾਂਸਫਾਰਮ ਲੱਗਣਾ ਹਟ ਜਾਏ ਤਾਂ ਆਪਾਂ ਬਚ ਜਾਈਏ, ਸਾਡੇ ਪਨੀਰ ਲੈ ਗਏ ਉਹ ਵੀ ਬਚ ਜਾਏ ਜਗ੍ਹਾ। ਅਸੀਂ ਕਹੀ ਹੋਰ ਤਾਂ ਹਾਲ ਲੈਣੀ ਕਿ ਵੀ ਸ਼ਟਰ ਲਾ ਲੈਂਦੇ ਹਾਂ, ਸ਼ਟਰ ਲਾ ਲਾਂਗੇ ਤਾਂ ਦੁਕਾਨ ਹੋ ਜੂਗੀ, ਦੁਕਾਨ ਦੇ ਮੂਹਰੇ ਟਰਾਂਸਫਾਰਮ ਓਬੀਅਸ ਹੈ ਵੀ ਨਹੀਂ ਲੱਗ ਸਕਦਾ। ਉਹ ਕਹਿੰਦੇ ਜਿੱਦਾਂ ਮਰਜ਼ੀ ਕਹਿ ਲਓ, ਅਸੀਂ ਸ਼ਟਰ ਲਾ ਲਿਆ, ਉਹਦੇ ਉੱਪਰ ਛੱਤ ਹੈਣੀ ਸੀਗੀ। ਉਹ ਬੋਰਡ ਵਾਲੇ ਕਹਿੰਦੇ ਵੀ ਛੱਤਰ ਹੈਣੀ, ਇਕੱਲੇ ਛੱਡਰ ਦਾ ਵੀ ਕਰੋਗੇ ਵੀ ਤੇਰੇ ਕੋਲ ਜਾਂ ਤਾਂ ਕੋਈ ਪਰੂਫ ਹੋਵੇ ਵਾਕਿਆ ਦੁਕਾਨ ਹੈ। ਉਹ ਕਹਿੰਦੇ ਐਂ ਕਰੋ ਤੁਹਾਡੇ ਮੁੰਡੇ ਦੁਕਾਨ ਕਰਾ ਦਿਓ। ਅਸੀਂ ਬਸ ਮਾੜਾ ਮੋਟਾ ਸਮਾਨ ਜਿਹਾ ਚੱਕਿਆ, ਅਸੀਂ ਸਮੋਸੇ ਬਣਾਉਣ ਲੱਗ ਗਏ ਉੱਥੇ। ਪਹਿਲੇ 10 ਦਿਨ ਅਸੀਂ ਸਮੋਸੇ ਬਣਾਏ, ਪਹਿਲੇ ਦਿਨ ਸਾਡੇ ਕੋਲ ਕਿਲ੍ਹਾ ਸਾਹਿਬ ਤੋਂ ਆਰਡਰ ਆਈ ਗਿਆ, ਉੱਥੇ ਦੁਪਹਿਰੇ ਸੰਗਤ ਵਾਸਤੇ ਮਤਲਬ ਬਣਦਾ ਸਮਾਨ, ਚਾਹ ਵਰਤਾਉਂਦੇ ਆ। ਮੈਨੂੰ ਕਹਿੰਦੇ ਜਿੰਨੇ ਸਮੋਸੇ ਤੇਰੇ ਤੋਂ ਬਣਦੇ ਆ, ਪਹਿਲੇ 4-5 ਦਿਨ ਸਾਡੇ ਵੱਲੋਂ ਸੇਵਾ ਹੋ ਗਈ, ਪਹਿਲੇ 5 ਦਿਨ ਸੋਹਣੇ ਲੰਘ ਗਏ, ਜਿਹੜਾ ਮਾਲ ਬਣਾਇਆ ਕਰੇ ਵਿਕ ਜਾਇਆ ਕਰੇ। ਫਿਰ ਦਿੱਕਤ ਆ ਗਈ ਆਮ ਸੰਗਤ ਦੀ, ਹੁਣ ਸਮੋਸਾ ਕੀ ਹੈ, ਜਦੋਂ ਗਰਮ ਗਰਮ ਖਾ ਲਓ ਤਾਂ ਵਧੀਆ, ਠੰਡਾ ਅਗਲਾ ਖਾਂਦਾ ਨਹੀਂ ਸੀਗਾ। ਜੇ ਜਮ੍ਹਾਂ ਗਰਮ ਦੇ ਰਹੋ ਗਾਹ ਕਹਿੰਦਾ ਸੀ ਗਰਮ ਵਾਲਾ, 15 ਮਿੰਟ ਬਾਅਦ ਅਗਲਾ ਕਹਿੰਦਾ ਠੰਡਾ ਵਾਲਾ। ਫਿਰ ਅਸੀਂ ਫਿਰ ਉਹ ਜੀਏ, ਫਿਰ ਕੁਝ ਤੇਰੀ ਮੱਤ ਆਈ ਵੀ ਆਪਾਂ ਇਹਨੂੰ ਸ਼ੁਰੂ ਕਰੀਏ। ਇਹ ਬਿਨਾਂ ਕਿਉਂ ਵਾਲਾ ਕਿੱਥੋਂ ਆਈਡੀਆ? ਜਿਵੇਂ ਇਹ ਤਾਂ ਵੀਰ ਜੀ ਅਮੂਲ ਵਾਲਾ ਮੱਖਣ ਹੋ ਗਿਆ ਜੀ, ਇਹਦੇ ਵੀ ਏਦਾਂ ਹੋ ਗਿਆ ਵੀ ਜਿਵੇਂ ਆਪਾਂ ਉੱਪਰ ਲਾਇਆ ਇਕੱਲਾ, ਆਮ ਤੁਸੀਂ ਕੁਲਚਾ ਛਕੋਗੇ ਉਹਦੇ ਵਿੱਚ ਕੀ ਹੋਊਗਾ, ਥੱਲੇ ਵੀ ਲਾਉਣੇ ਤਵੇ, ਪਹਿਲਾਂ ਥੱਲੇ ਤਵੇ ਤੇ ਕਿ ਉਹ ਸਿੱਟਣਗੇ ਵੀਰ ਜੀ, ਉਹ ਆਪਾਂ ਤੁਹਾਨੂੰ ਹੁਣੇ ਬਣਾ ਕੇ ਦਿਖਾਵਾਂਗੇ ਜੀ। ਤਕਰੀਬਨ ਇਹਦਾ ਆਰਡਰ ਹੋ ਗਿਆ ਅੰਦਰ ਦਾ, ਇਹ ਆਪਣਾ ਜਿੰਨਾ ਵੀ ਸਮਾਨ ਹੋ ਗਿਆ ਨਾ, ਜਿਵੇਂ ਆਲੂ ਤਾਂ ਪਤਾ ਹੀ ਹੈ ਵੀ ਉਬਲ ਕੇ ਬਣਨੇ ਆ, ਇਹ ਆਪਣੀ ਸੋਇਆਬੀਨ ਆ ਗਈ ਜੀ, ਸਰੀਰ ਨੂੰ ਬਲ ਵੀ ਦਿੰਦੀ ਆ ਜੀ, ਵੈਜ ਪ੍ਰੋਟੀਨ ਦਾ ਸੋਰਸ ਵੀ ਹੋ ਗਿਆ ਜੀ, ਤੇ ਇਹ 'ਚ ਕੋਈ ਮਿਲਾਵਟ ਵੀ ਨਹੀਂ ਹੋਈ ਜੀ। ਇਹਦੇ 'ਚ ਕੀ ਫਾਇਦੇ ਹੋ ਗਏ, ਤੁਸੀਂ ਬਾਹਰ ਦਾ ਵੀ ਖਾ ਲਿਆ ਜੀ, ਤੁਸੀਂ ਬਾਹਰੋਂ ਵੀ ਛਕ ਲਿਆ, ਹੁਣ ਇਹ ਦੇਖਣ 'ਚ ਬਰਗਰ ਹੈ ਤੇ ਮਾੜਾ ਵੀ ਨਹੀਂ ਖਾਧਾ, ਮਾੜਾ ਵੀ ਨਹੀਂ ਖਾਧਾ, ਦੇਖਣ 'ਚ ਬਰਗਰ ਹੈ, ਤੇਲ ਇਹ 'ਚ ਕੋਈ ਹੈ ਨਹੀਂ ਗਾ, ਤੁਸੀਂ ਕੁਲਚਾ ਵੀ ਖਾ ਲਿਆ, ਬਰਗਰ ਵੀ ਖਾ ਲਿਆ, ਤੁਹਾਡੀ ਕਰੇਵਿੰਗ ਵੀ ਪੂਰੀ ਹੋ ਗਈ ਆਊਟ ਫੂਡ ਦੀ, ਤੁਸੀਂ ਹੈਲਦੀ ਵੀ ਖਾ ਲਿਆ। ਤੇ ਇਹ ਡਬਲ ਰੋਟੀ ਵੀ ਉਹਦੇ ਮੈਂ ਇਹ ਡਬਲ ਰੋਟੀ ਵਾਹਿਗੁਰੂ ਜੀ, ਇਹ ਮੈਦਾ ਦੇ ਸੂਜੀ ਦੀ ਹੈ ਜੀ, ਇਹ 'ਚ ਇਕੱਲੇ ਆਟੇ ਦੀ ਡਬਲ ਰੋਟੀ ਵੀ ਆਪਣੇ ਕੋਲ ਆਉਂਦੀ ਹੈ ਜਿਹਦਾ ਸਮਾਪਤ ਹੋ ਗਈ ਇਸ ਟਾਈਮ, ਉਹ ਇਕੱਲੇ ਆਟੇ ਦੀ ਬਣੀ ਹੁੰਦੀ ਹੈ, ਉਹ ਮਤਲਬ ਥੋੜ੍ਹੀ ਜਿਹੀ ਮਹਿੰਗੀ ਹੁੰਦੀ, ਜਿਹੜੇ ਮੁੰਡੇ ਪੱਕੀ ਭਲਵਾਨੀ ਕਰ ਰਹੇ ਜਿਹੜੇ ਵੈਜ ਡਾਈਟ
ਮਤਲਬ ਕਰਦੇ ਨਾ ਡਾਈਟਾਂ ਡੂਟਾਂ, ਉਹ ਤਕਰੀਬਨ ਛਕਦੇ ਉਹ 'ਚ, ਉਹ ਇਕੱਲੇ ਆਟੇ ਦੀ ਹੁੰਦੀ ਵੀਰ ਜੀ, ਉਹ ਖਾਲੀ ਬਣ 30 ਰੁਪਏ ਦਾ ਹੁੰਦਾ, ਫਿਰ ਉਹ ਮਤਲਬ ਉਹ ਲੋਕ ਛਕਦੇ ਆ। ਪੈਕ ਕਰਨੇ ਛਕਣੇ ਤੁਸੀਂ? ਅੱਛਾ, ਇਹ ਤਾਂ ਇਹਨਾਂ ਦੇ ਆਰਡਰ ਵਾਲੇ ਆ, ਇਹ ਇਹਨਾਂ ਦੇ। ਹੁਣ ਆਪਾਂ ਤੁਹਾਡੇ ਵਾਲਾ ਕਾਰਜ ਸ਼ੁਰੂ ਕਰਾਂਗੇ। ਆਪਣੇ ਵਾਲਾ ਦਾ, ਪਾਣੀ ਵਾਲਾ ਦਾ ਹਜੇ ਬਣਨਾ ਹੈ। ਤਕਰੀਬਨ ਸਾਰੀ ਪਾਣੀ ਮੰਗੂ ਹੈ ਵਾਲੇ। ਉਹ ਜਿਹੜਾ ਵੀਰਾ ਸੀਗਾ ਨਾ ਜੀ, ਉਹਨੂੰ ਵੀ ਪੇਟ ਦੀ ਦਿੱਕਤ ਸੀ, ਉਹ ਕਹਿੰਦਾ ਮੈਂ ਖਾਂਦਾ ਨਹੀਂ ਕਦੋਂ ਬਾਹਰੋਂ, ਅਤੇ ਉਹ ਪੂਰਾ ਕੁਲਚਾ ਖਾ ਗਿਆ ਉਹਦੇ। ਹੈਲੋ, ਨੈਪਕਿਨ ਦਿਓ ਵੀਰੇ ਨੂੰ। ਹੋਰ ਵੀਰੇ ਕੀ ਹਾਲ ਆ? ਸੁਣਿਆ, ਆ ਜਾ ਆ ਜਾ ਆ ਜਾ, ਚੱਲਦੀ ਵੀਡੀਓ 'ਚ ਆ ਜਾ ਆ ਜਾ ਆ ਜਾ। ਲੈ ਫਿਰ ਹੁਣ ਸਾਡਾ ਬਣਾ। ਹਾਂਜੀ ਮਹਾਰਾਜ ਜੀ, ਹੁਣ ਤੁਹਾਡਾ ਜੀ। ਲੈ ਵੀ ਪ੍ਰੀਤ, ਕਿਹੜੇ ਕਿਹੜੇ? ਹਾਂਜੀ, ਬਸ ਲੈ ਵੀ ਹੁਣ ਸਾਡੇ ਵਾਲਾ ਸ਼ੁਰੂ ਹੋਣ ਲੱਗਿਆ, ਪਾਣੀ ਵਾਲਾ ਕੁਲਚਾ। ਹਾਂਜੀ ਹਾਂ, ਲਾ ਦਾਂਗੇ। ਲਾ ਦੇਖੋ ਵਾਹਿਗੁਰੂ ਜੀ, ਪਹਿਲਾਂ ਆਪਾਂ ਪਾਵਾਂਗੇ ਸ਼ਿਮਲਾ ਮਿਰਚ, ਠੀਕ ਹੈ ਜੀ। ਉਹ ਦੋ ਬਣ ਗਏ, ਗੰਡੇ ਗੰਡੇ ਪੈ ਗਏ ਜੀ, ਠੀਕ ਹੈ ਜੀ। ਅਤੇ ਆ ਗਈਆਂ ਪਹਾੜੀ ਗਾਜਰਾਂ ਵੀ, ਗਾਜਰ ਆ ਗਈ ਜੀ, ਥੋੜ੍ਹੀ ਜਿਹੀ ਆ ਗਈ ਬੰਦ ਗੋਭੀ ਜੀ, ਠੀਕ ਹੈ ਜੀ। ਇਹ ਆ ਗਏ ਮੱਕੀ ਦੇ ਦਾਣੇ ਮਹਾਰਾਜ ਜੀ। ਸਾਡੇ ਸਾਹਮਣੇ ਆਪਾਂ ਕੋਈ ਤੇਲ ਦੀ ਵਰਤੋਂ ਨਹੀਂ ਕਰਾਂਗੇ ਜੀ, ਇਹ ਇੱਦਾਂ ਹੀ ਪੱਕਣਗੇ। ਲਓ ਜੀ, ਐਵੇਂ ਪੱਕ ਜਾਂਦੇ, ਮਤਲਬ ਤੇਲ ਦੀ ਲੋੜ ਹੁੰਦੀ ਨਹੀਂ ਗੀ, ਆਪਾਂ ਵਰਤ ਲੈਂਦੇ ਹਾਂ। ਉਹਦਾ ਆਪਣੀ ਡਿਮਾਂਡ ਹੈ ਵੀਰ ਜੀ ਯਾਰ, ਅੱਜ ਕੱਲ੍ਹ ਆਪਾਂ ਵੈਸੇ ਹੀ ਪਤਾ ਕੀ ਹੈ, ਇੱਕ ਤਾਂ ਉੱਦਾਂ ਹੀ ਨੈਗੇਟਿਵਿਟੀ ਹਰੇਕ 'ਚ ਭਰੀ ਵੀ ਆ, ਕਿਉਂਕਿ ਆਪਾਂ ਭੋਜਨ ਹੀ ਇਹੋ ਜਿਹਾ ਕਰੀ ਜਾਂਦੇ, ਹੈ ਨਾ। ਤਾਂ ਮੇਰੀ ਸੋਚ ਸੀਗੀ ਵੀ ਅਸੀਂ ਉੱਦਾਂ ਵੀ ਤੇਲ ਨਹੀਂ ਵਰਤਦੇ, ਐਂ ਨਹੀਂ ਵੀ ਤੁਹਾਡੇ ਸਾਹਮਣੇ ਨਹੀਂ ਪਾ ਰਹੇ, ਅਸੀਂ ਇੱਦਾਂ ਹੀ ਬਣਾਉਂਦੇ ਹਾਂ। ਮੈਂ ਦੁਕਾਨ 'ਤੇ ਹੋਵਾਂ ਨਾ ਹੋਵਾਂ, ਜੇ ਮੰਨ ਲਓ ਦੁਕਾਨ ਦੇ ਮੁੰਡੇ ਵੀ ਹੋਣਗੇ, ਇਹ ਜਿਹੜਾ ਕਿ ਉਹ ਆਪਣੇ ਕੋਲ ਪਿਆ, ਇਹ ਦੇਸੀ ਆ ਜਾਂ ਮੂਲ ਦਾ ਮੱਖਣ, ਦੋ ਆਈਟਮਾਂ ਹੀ ਵਰਤਦੇ ਹਾਂ। ਇਹਦਾ ਕਾਰਜ ਸਿਰਫ ਇੰਨਾ ਕਿ ਇਹਨੂੰ ਇੱਦਾਂ ਚੱਕੀਦਾ ਜੀ, ਸਿਰਫ ਕੁਲਚੇ ਦੇ ਉੱਪਰ ਉੱਪਰ ਲਾ ਦੇਣਾ। ਉਹ ਜਿਵੇਂ ਆਪਾਂ ਨੂੰ ਥੋੜ੍ਹੀ ਆਦਤ ਨਹੀਂ ਮਾੜਿਆ ਰੜੇ ਬੰਦ ਖਾਣ ਦੀ, ਵੀ ਬ੍ਰੈਡ ਸਿੱਖ ਜੇ ਚੰਗਾ ਲੱਗਦਾ, ਉਹ ਚੀਜ਼ ਆ। ਹੁਣ ਇਹ ਚਾਹਵਾਂਗੇ ਆਲੂ ਜੀ, ਇਹ ਆ ਗਏ ਚਿੱਟੇ ਛੋਲੇ। ਕਿਉਂ ਪ੍ਰੀਤ, ਪੈਂਦੇ ਨਾ ਪੜਾ ਕੇ ਲਓ ਜੀ, ਸਾਰਾ ਯਾਰ ਘਰ ਦਾ। ਹਾਂਜੀ, ਦੂਜੀ ਗੱਲ ਇਹ ਸਾਰਾ ਕੁਛ ਘਰੋਂ ਹੀ ਬਣ ਕੇ ਆਉਂਦਾ, ਮਾਤਾ ਜੀ, ਛੋਟੀ ਭੈਣ, ਪਿਤਾ ਜੀ ਅਤੇ ਮੈਂ, ਅਸੀਂ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਜਿੱਦਾਂ ਉੱਠਦੇ ਹਾਂ ਜੀ, ਉੱਠ ਕੇ ਆਪਦਾ ਕਾਰਜ ਕਰਨ ਤੋਂ ਬਾਅਦ, ਜੋ ਸੱਚੇ ਪਾਤਸ਼ਾਹ ਸੇਵਾ ਲਈ ਹੈ ਉਹ ਕਰਨ ਤੋਂ ਬਾਅਦ ਇਹੀ ਤਿਆਰ ਕਰਦੇ ਹਾਂ। ਸ਼ੁਕਰ ਸ਼ੁਕਰ ਸ਼ੁਕਰ। ਕੁਲਚਾ ਕਿੰਗ ਸਿੰਘ ਕੁਲਚਾ, ਹਾਂਜੀ ਸਿੰਘ ਕੁਲਚਾ ਕਿੰਗ, ਸਿੰਘ ਕੁਲਚਾ ਕਿੰਗ ਬਠਿੰਡੇ ਦੇ ਵਿੱਚ, ਸਿੰਘ ਕੁਲਚਾ ਕਿੰਗ ਯਾਦ ਰੱਖਿਓ, 100 ਫੁੱਟੀ ਰੋਡ ਦੇ ਉੱਤੇ ਆ, ਘੋੜਾ ਚੌਂਕ ਦੇ ਨੇੜੇ ਤੇੜੇ ਆ ਸਿੰਘ ਕੁਲਚਾ ਕਿੰਗ। ਮੈਂ ਨਾ ਲੋਕੇਸ਼ਨ ਦੀ ਲੋਕੇਸ਼ਨ ਪਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ, ਲਿੰਕ ਲੋਕੇਸ਼ਨ ਦਾ, ਹੈ ਨਾ, ਕਿਉਂਕਿ ਜੇ ਫੋਨ ਕਰਨਗੇ ਤਾਂ ਫਿਰ ਫੋਨ ਤੁਹਾਡੇ ਤੋਂ ਫੋਨ ਹੀ ਸੁਣੇ ਜਾਣਗੇ, ਹੈ ਨਾ। ਤਾਂ ਲੋਕੇਸ਼ਨ ਇੰਨੇ ਤਰ੍ਹਾਂ ਦੇ ਕੁਲਚੇ ਆ, ਜਿਹੜਾ ਅਸੀਂ ਬਣਾ ਰਹੇ ਹਾਂ ਉਹ 60 ਰੁਪਏ ਵਾਲਾ, ਹਾਂਜੀ ਲੈ ਜਾਣਾ ਭਾਈ, ਹਾਂਜੀ ਤੁਹਾਡਾ ਵਾਲਾ, ਆਹ 60 ਰੁਪਏ ਵਾਲਾ ਬਣ ਰਿਹਾ ਸਪੈਸ਼ਲ ਲੈਜੈਂਡ ਕੁਲਚਾ, ਮਤਲਬ ਲੈਜੈਂਡ ਖਾਲਸਾ ਜੀ ਆਪਣੇ, ਠੀਕ ਹੈ ਕਿ ਨਹੀਂ। ਇਹ ਵਾਹਿਗੁਰੂ ਜੀ, ਹੁਣ ਸੋਇਆਬੀਨ ਆ ਗਈ, ਲਓ ਜੀ, ਇਹਦੇ 'ਚ ਵੀ ਕੋਈ ਤੇਲ ਨਹੀਂ ਹੁੰਦਾ, ਜਿਹਦੇ 'ਚ ਤੇਲ 'ਚ ਭੁੰਨੀ ਹੋਈ ਤੇਲ ਦਿਖ ਜਾਊ ਤੁਹਾਨੂੰ, ਵਾਹ ਵਾਹ ਵਾਹ, ਆਪਾਂ ਉਬਾਲ ਕੇ ਗ੍ਰੇਵੀ ਵੀ ਤਿਆਰ ਕਰਦੇ ਹਾਂ ਜੀ, ਉਹਦੇ 'ਚ ਭੁੰਨਣ ਲੱਗ ਜਾ ਸਾਰਾ ਯਾਰ, ਵੇਖ ਕੇ ਹੀ ਖਾਣ ਨੂੰ ਜੀ ਕਰੂਗਾ, ਮਤਲਬ ਤੁਹਾਡਾ ਵੀਡੀਓ ਦੇਖ ਕੇ ਖਾਣ ਨੂੰ ਜੀ ਕਰੂਗਾ। ਮਤਲਬ ਉਹ ਖਾਲਸਾ ਜੀ ਨੇ ਇੱਕ ਗੱਲ ਨਹੀਂ ਆਖੀ ਵੀ ਨਾਲ ਤਾਂ ਘਰ ਦਾ ਖਾਧਾ ਗਿਆ, ਨਾਲੇ ਬਾਹਰ ਦਾ ਖਾਣ ਦਾ ਜਿਹੜਾ ਇੱਕ ਆਦਤ ਪੂਰੀ ਹੋ ਗਈ। ਜਿਵੇਂ ਮੈਂ ਅੱਜ ਕੱਲ੍ਹ ਥੋੜ੍ਹਾ ਡਾਈਟ 'ਤੇ ਹਾਂ ਤਾਂ ਮੈਂ ਬਾਹਰ ਦਾ ਖਾਣ ਤੋਂ ਗਰੇਜ਼ ਕਰਦਾ ਜੀ, ਵਾਹਿਗੁਰੂ,
ਤਾਂ ਅੱਜ ਮੇਰੀ ਉਹ ਆਦਤ ਵੀ ਪੂਰੀ ਹੋ ਗਈ ਤੇ ਮੈਂ ਬਾਹਰ ਦਾ ਖਾਧਾ। ਤੁਹਾਨੂੰ ਛੱਕ ਕੇ ਪਤਾ ਲੱਗ ਜੂ ਤੁਸੀਂ ਅਸੀਂ ਦੋ ਥਾਵਾਂ ਤੋਂ ਆਏ ਹਾਂ ਵੀਰੇ, ਦੋ ਥਾਵਾਂ ਤੋਂ ਆਏ ਹਾਂ ਤੇ ਦੋਨਾਂ ਥਾਵਾਂ ਤੇ ਅਸੀਂ ਰੋਟੀ ਨੂੰ ਚਾਹ ਨੂੰ ਸਾਰੇ ਕਿਸੇ ਨੂੰ ਮਨਾ ਕੀਤਾ। ਠੀਕ ਹੈ ਜੀ। ਪ੍ਰੀਤ ਨੂੰ ਆਖਿਆ ਮੈਂ ਕਿਹਾ ਖਾਲਸਾ ਜੀ ਕੁਲਚੇ ਵਾਸਤੇ ਪੂਰੀ ਜਗ੍ਹਾ ਤਿਆਰ ਕਰਕੇ, ਜਦੋਂ ਪੂਰੀ ਜਗ੍ਹਾ ਹੋਊਗੀ ਪੇਟ 'ਚ ਫਿਰ ਹੋਊਗਾ। ਇਹ ਲੱਗਣ ਦਾ ਕਾਰਨ ਵੀ ਤਾਂ ਹੀ ਜੇ ਆਮ ਤੁਸੀਂ ਦੇਖੋ ਕਹਿੰਦੇ ਤਵੀਆਂ ਜਿਹੜੀਆਂ ਨਾ ਸਾਫ਼ ਹੁੰਦੀਆਂ ਵੀਰ ਜੀ, ਚਮਕਦੀਆਂ ਹੋਣਗੀਆਂ, ਉਹਦਾ ਕਾਰਨ ਉਹ ਵਾਰੀ ਵਾਰੀ ਤੇਲ ਸਿੱਟਦੇ ਰਹਿੰਦੇ ਆ ਤੇ ਤਵੀ ਥਿੰਦੀ ਹੋ ਜਾਂਦੀ ਹੈ। ਹੁਣ ਇਹ ਸਰਬ ਲੋ ਆ, ਤੁਸੀਂ ਇੱਕ ਗੱਲ ਹੋਰ ਨੋਟਿਸ ਕਰ ਲਿਓ, ਆਪਣੀ ਦੁਕਾਨ ਤੁਹਾਨੂੰ ਅਲਮੀਨੀਅਮ ਨਹੀਂ ਮਿਲੂਗਾ ਜੀ। ਜੀ ਤੁਹਾਨੂੰ ਕਿਤੇ ਵੀ ਅਲਮੀਨੀਅਮ ਦਾ ਭਾਂਡਾ ਅਲਮੀਨੀਅਮ ਦੀ ਕੋਈ ਚੀਜ਼ ਨਹੀਂ ਮਿਲੂਗੀ ਜੀ, ਸਰਬ ਲੋਹੇ ਆ, ਲੋਹਾ ਜਾਂ ਸਟੀਲ, ਬਸ ਸਟੀਲ ਦਾ ਕੋਈ ਫਾਇਦਾ ਨਹੀਂ। ਲੋਹੇ ਦੇ ਫੇਰੇ ਚਲੋ ਸਿੰਘਾਂ ਨੂੰ ਜਦੋਂ ਸੱਚੇ ਪਾਤਸ਼ਾਹ ਨੇ ਬਖਸ਼ਿਆ ਜੀ, ਵੀ ਅਲਮੀਨੀਅਮ ਦੀ ਅਸੀਂ ਕੋਈ ਧਾਤ ਨਹੀਂ ਨੇੜੇ ਲੈ ਕੇ ਆਉਂਦੇ ਜੀ। ਲਓ ਜੀ ਆਹ ਆ ਗਈ ਸਪੈਸ਼ਲ ਡਬਲ ਰੋਟੀ ਜਿਹੜੀ ਸੂਜੀ ਦੀ ਬਣੀ ਹੋਈ ਆ, ਸੂਜੀ ਤੇ ਮੈਦਾ ਜੀ। ਜੀ ਸੂਜੀ ਤੇ ਮੈਦੇ ਦੀ ਡਬਲ ਰੋਟੀ ਆ, ਇਹਨੂੰ ਵੀ ਐਵੇਂ ਗਰਮ ਕਰ ਦੇਣਾ ਜੀ। ਇਹ ਤੁਸੀਂ ਆਹ ਦੇਖੋ ਕਿੱਦਾਂ ਪਈ ਆ ਜੀ, ਇਹ ਡੇਲੀ ਤਿਆਰ ਹੋਊਗੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਉਨਾ ਕੀ ਬਣਵਾਉਂਦੇ ਆ ਜਿੰਨੀ ਕੁ ਆਪਣੀ ਲਾਗਤ ਹੈ। ਆ ਪਿਆਜ਼ ਕਿੰਨਾ ਚਿਰ ਹੋ ਗਿਆ ਭਾਈ ਇੱਥੇ ਇਸ ਟਿਕਾਣੇ? ਇੱਥੇ ਵੀਰ ਜੀ ਦੂਜਾ ਸਾਲ ਸ਼ੁਰੂ ਹੋ ਗਿਆ ਜੀ, ਇਹਦੂ ਪਹਿਲਾਂ ਆਪਾਂ ਕਿਲ੍ਹਾ ਸਾਹਿਬ ਕੋਲ ਸੀਗੇ ਜੀ, ਸ਼ਾਮ ਨੂੰ ਸਵੇਰੇ ਜਾਓ ਸ਼ਾਮ ਨੂੰ ਕੁਲਚਾ, ਇੱਥੇ ਦੂਜਾ ਸਾਲ ਹੋ ਗਿਆ ਜੀ। ਆਹ ਟਮਾਟੋ ਕੈਚਪ, ਕੈਚਪ ਵੀ ਵਰਤਦੇ ਹਾਂ, ਕੋਈ ਸਸਤੀ ਸੌਸ ਨਹੀਂ ਜੀ। ਕੈਚਪ ਜਿਹੜੀ ਆਉਂਦੀ ਹੈ ਬੋਤਲਾਂ ਵਾਲੀ, ਕਿਲੋ ਵਾਲੀ ਬੋਤਲ ਉਹ ਜੀ। ਚਲੋ ਜੀ ਉੱਪਰ ਪੈ ਗਈ ਸੱਜਣੋ ਸਬਜ਼ੀ, ਹੁਣ ਇਹਦਾ ਬਰਗਰ ਵਾਲਾ ਕੰਸੈਂਟ ਇੱਦਾਂ ਪੂਰਾ ਹੋ ਜਾਂਦਾ, ਇਹਨੂੰ ਜਿਵੇਂ ਟਿੱਕੀ ਵਾਂਗੂ ਬਣਾ ਦਾਂਗੇ ਆਪਾਂ ਜੀ। ਬਰਗਰ 'ਚ ਟਿੱਕੀ ਪਾ ਦਿੰਦੇ ਨਾ ਪੂਰੀ ਜਿਹੀ ਬਣਾ ਕੇ ਜੀ। ਆਹ ਲਓ ਆਹ ਬਣ ਗਈ ਟਿੱਕੀ ਚੱਕੀ, ਆਹ ਲਓ ਜੀ ਧਰੀ ਦੇ ਉੱਪਰ ਬਿਨਾਂ ਤਲੇ ਬਿਨਾਂ ਕਰੇ ਕਿਉਂ ਪ੍ਰੀਤ ਭੁੱਖਦਾ ਨਾ ਖੁਰਚਣਾ ਚੱਕ। ਠੀਕ ਹੈ ਵਾਹਿਗੁਰੂ ਜੀ, ਹੁਣ ਇਹਦੇ ਉੱਪਰ ਪਨੀਰ ਵੀ ਆਊਗਾ ਮਹਾਰਾਜ ਜੀ, ਪਨੀਰ ਵੀ ਖਰਾ ਹੀ ਆਊਗਾ ਜੀ। ਜਿਵੇਂ ਆਉਂਦਾ ਹੋ ਅੱਜ ਕੱਲ੍ਹ ਹੋਰ ਵੀ ਸਬਸਟੀਟਿਊਟ ਮਿਲ ਜਾਂਦੇ ਆ ਜੀ, ਉੱਧਰ ਇਹ ਬਿਲਕੁਲ ਹੀਰੇ ਪਨੀਰ ਵਾਲੇ ਦੇ ਪਨੀਰ ਵਰਗਾ ਪਨੀਰ ਆ। ਚੱਕ ਪ੍ਰੀਤ ਆ ਹਰੀ ਚਟਨੀ ਘਰ ਦੀ ਬਣੀ ਹੋਈ, ਇਹ ਪੁਦੀਨੇ ਦੀ ਚਟਨੀ ਹੁੰਦੀ ਹੈ ਮੈਂ ਠੰਡਕ ਵਾਸਤੇ ਜੀ, ਇਹਦੇ ਨਾਲ ਹਾਜ਼ਮ ਵੀ ਵਧੀਆ ਆ, ਹਾਜ਼ਮ ਵੀ ਵਧੀਆ, ਸਵਾਦ ਵਧੀਆ, ਗਰਮੀ 'ਚ ਫਾਇਦਾ ਛੱਕਣ ਦਾ। ਆਹ ਬਣ ਗਿਆ, ਹੁਣ ਪਾਵਾਂਗੇ ਥੋੜ੍ਹਾ ਜਿਹਾ ਓਰੀਗੈਨੋ ਅੰਗਰੇਜ਼ਾਂ ਵਾਲਾ ਮਸਾਲਾ ਆ ਜੀ, ਜਿਹੜਾ ਪੀਜੇ ਤੇ ਪਾਉਂਦੇ ਹੁੰਦੇ ਆ ਮੇਥੀ ਜੀ। ਹਾਂ ਜੀ ਇਹਦੇ ਨਾਲ ਫਿਰ ਉਹ ਵਾਲੀ ਸਵਾਦੀ ਵੀ ਪੂਰੀ ਹੋ ਜੂਗੀ ਨਾ। ਇਹ ਸੌਸ ਇਹਨੂੰ ਤੰਦੂਰੀ ਕਹਿੰਦੇ, ਜਲ ਪਾ ਕੇ ਤਿਆਰ ਕਰਦੇ ਹਾਂ ਆਪਾਂ ਜੀ। ਜੇ ਮਤਲਬ ਕੋਈ ਚੀਜ਼ ਫੈਟ ਵਾਲੀ ਹੈਗੀ ਤਾਂ ਇਹ ਹੈ ਬਸ, ਜੇ ਕਿਸੇ ਦੀ ਖੁਸ਼ੀਆਂ ਨਹੀਂ ਪਾਉਣਾ ਤਾਂ ਨਾ ਨਹੀਂ ਪਾਵਾਂਗੇ ਆਪਾਂ। ਚਲੋ ਅੱਜ ਦਾ ਦਿਨ ਮਨਜ਼ੂਰ ਜੀ। ਆਹ ਚੀਜ਼ ਆ ਗਈ ਵੇਖਿਓ ਜੀ, ਜੀ ਜਿਹੜੀ ਪੀਜ਼ਾ ਦੇ ਵਿੱਚ ਚੀਜ਼ ਪਾਉਂਦੇ ਆ ਨਾ, ਵਾਈਟ ਚੀਜ਼, ਮਾਇਓਨੀਜ਼ ਨਹੀਂ ਵਰਤਦੇ, ਮਾਇਓਨੀਜ਼ ਆ ਪਈ ਆ ਜੀ, ਦੋਨਾਂ 'ਚ ਡਿਫਰੈਂਸ ਹੁੰਦਾ, ਕਈ ਲੋਕ ਕਹਿ ਦਿੰਦੇ ਆ ਇਹ ਚੀਜ਼ ਹੀ ਹੈ ਵਾਹਿਗੁਰੂ ਜੀ ਜੀ। ਆਹ ਲਓ ਜੀ ਦੇਖੋ ਜੀ ਪਾਉਂਦਾ ਬਰਗਰ ਨੂੰ ਵਿੱਚ ਹੁਣ, ਹਾਂ ਹੁਣ ਤਾਂ ਪੂਰੇ ਫਸ ਗਏ ਪੇਚੇ ਫਰੀਦ, ਕੁੰਡੀਆਂ ਫਸ ਗਈਆਂ ਜਮਾਂ ਚੱਕ ਯਾਰ ਕਰਾਉਣ। ਹੁਣ ਆਪਣਾ ਜਿਹੜਾ ਕਾਰਜ ਆ ਆ ਦੇਖ, ਹਾਲੋ ਜੀ ਇਹ ਵੀ ਲਵਾਉਣਾ ਚਾਹੋ ਤਾਂ ਲਵਾ ਸਕਦੇ, ਨਹੀਂ ਲਵਾਉਣਾ ਤਾਂ ਨਹੀਂ, ਪਰ ਇਹ ਗੁੱਡ ਫੈਟ ਆ, ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ ਜੀ।
ਰਿਫਾਈਂਡ ਜਿਹੜਾ ਹੁੰਦਾ ਉਹਨੂੰ ਬੈਡ ਫੈਟ 'ਚ ਗਿਣਿਆ ਜਾਂਦਾ ਵੀਰ ਜੀ, ਫੂਡ ਦੀ ਜਿੱਦਾਂ ਨੌਲੇਜ ਹੋਣੀ ਚਾਹੀਦੀ ਹੈ ਨਾ। ਦੇਸੀ ਘਿਓ ਆਪਣਾ ਘਰ ਦਾ ਮੱਖਣ ਹੋ ਗਿਆ, ਇਹ ਗੁੱਡ ਫੈਟ ਗਿਣੇ ਜਾਣਗੇ ਵੀਰ ਜੀ। ਜੀ ਮੈਂ ਨਜ਼ਾਰਾ ਆ ਰਿਹਾ, ਸਵਾਦ ਆ ਰਿਹਾ ਫਰੀਦ, ਅਤਾਵਲਾਪਣ ਹੋ ਰਿਹਾ, ਇਹਨੂੰ ਕਦੋਂ ਖਾਈਏ। ਹੋਰ ਬਾਈ ਕਹਿਵਾਂ, ਲਓ ਜੀ ਹੁਣ ਰੈਡੀ ਆ ਬਾਈ? ਹਾਂਜੀ, ਬਸ ਹਲਕਾ ਜਿਹਾ ਲਾਲੀ ਜਾ ਜੂਗਾ, ਆਪਦੇ ਨਾਲ ਤਿਆਰ ਬਰਤਿਆਰ ਮਿਲਦੇ ਹਾਂ ਮੇਜ਼ 'ਤੇ। ਹਾਂ ਆ ਗਿਆ, ਇੱਕ ਬਾਈਟ ਵੱਢ ਕੇ, ਉਦੋਂ ਬਾਅਦ ਤਾਂ ਨਹੀਂ ਮੈਂ ਬੋਲ ਸਕਦਾ, ਇੱਕ ਬਾਈਟ ਵੱਢ ਕੇ ਮਾੜਾ ਜਿਹਾ ਦੱਸ ਦੇ। ਖਾ ਕੇ ਹੀ ਦੱਸ ਸਕਦੇ ਹੋ ਤੁਸੀਂ।